ਸਾਹਿਬਾਨਾਂ ਦੇ ਦਿਹਾੜੇ ਸਦਾ ਮਨਾਉਂਦੇ ਆ, ਲੇਕਿਨ ਜਿੱਥੇ ਚੰਗੇ ਲੋਕ ਚੰਗੇ ਪ੍ਰਬੰਧਕ ਹੋਣ ਉਹ ਜਿਹੜੇ ਦਿਹਾੜੇ ਹੁੰਦੇ ਫਿਰ ਸ਼ਾਨ ਨਾਲ ਮਨਾਏ ਜਾਂਦੇ ਆ। ਔਰ ਸਦਾ ਇੱਥੇ ਦੇਖਣ ਦਾ ਮੌਕਾ ਮਿਲਦਾ ਰਿਹਾ। ਔਰ ਮੈਨੂੰ ਤਾਂ ਜੋ ਪਿਛਲਾ ਇਤਿਹਾਸ ਵਾ ਉਹ ਵੀ ਸਾਰਾ ਮੈਂ ਜਾਣਦਾ ਕਿ ਕਿਵੇਂ ਸਾਡੇ ਨਗਰ ਦੇ ਜਿੰਨੇ ਵੀ ਗੁਰੂ ਸਾਹਿਬਾਨ ਜਿੰਨੇ ਵੀ ਗੁਰਦੁਆਰਾ ਸਾਹਿਬ ਆ, ਚਾਹੇ ਗੁਰਦੁਆਰਾ ਸੰਗਤਸਰ ਸਾਹਿਬ ਆ, ਚਾਹੇ ਗੁਰਦੁਆਰਾ ਕਲਗੀਧਰ ਸਾਹਿਬ ਆ, ਚਾਹੇ ਜੋ ਆਪਣਾ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਸਾਰੇ ਬਿਰਾਜਮਾਨ ਆ, ਚਾਹੇ ਆਬਾਦੀ ਵਾਲਾ ਗੁਰਦੁਆਰਾ ਸਾਹਿਬ ਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਮੈਂ ਸਦਾ ਮਹਿਸੂਸ ਕਰਦਾ ਕਿ ਇਹਨਾਂ ਦੇ ਵਿੱਚ ਜਦੋਂ ਸ਼ੁਰੂਆਤ ਹੋਈ ਆ ਤੇ ਉਹਦੇ ਵਿੱਚ ਮੈਂ ਸਦਾ ਜਿਹੜਾ ਉਹਦੇ ਵਿੱਚ ਸ਼ਾਮਿਲ ਰਿਹਾ। ਇਸ ਗੱਲ ਦੀ ਮੈਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਹ ਗੁਰੂ ਸਥਾਨ ਅਸੀਂ ਸ਼ੁਰੂ ਕੀਤਾ, ਸਾਰੇ ਸਤਿਕਾਰਯੋਗ ਵੀਰ ਜਾਣਦੇ ਆ ਕਿ ਜੋ ਆਪਣੇ ਮਹਾਂਪੁਰਸ਼ ਸੀ ਉਹਨਾਂ ਨੂੰ ਲੈ ਕੇ ਆਏ ਇੱਥੇ, ਤੇ ਉਹਨਾਂ ਤੋਂ ਆਪਾਂ ਫਿਰ ਜਿਹੜਾ ਨੀਂਹ ਪੱਥਰ ਇਸ ਗੁਰੂ ਸਥਾਨ ਦਾ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਦਾ ਆਪਾਂ ਰੱਖਿਆ ਸੀ। ਪਰ ਮੈਂ ਸਮਝਦਾ ਕਿ ਉਹਨਾਂ ਦਾ ਜੋ ਆਸਰਾ ਸੀ ਸਾਡੇ 'ਤੇ ਉਹ ਮਹਾਂਪੁਰਸ਼ਾਂ ਦਾ, ਉਹ ਅੱਜ ਸਾਨੂੰ ਸਾਰਿਆਂ ਨੂੰ ਜਿਹੜਾ ਦੇਖਣ ਨੂੰ ਮਿਲ ਰਿਹਾ। ਇਸ ਕਰਕੇ ਵੀ ਤੁਹਾਨੂੰ ਵਧਾਈ ਦਿੰਦਾ। ਔਰ ਦੂਸਰੀ ਵਧਾਈ ਇਸ ਗੱਲ ਦੀ ਕਿ ਜੋ ਸਾਡੇ ਸਤਿਕਾਰਯੋਗ ਜਥੇਦਾਰ ਇੰਦਰਜੀਤ ਸਿੰਘ ਜੀ, ਜਿਹੜੇ ਕਿ ਤੁਹਾਡੇ ਨਾਲ ਧਾਰਮਿਕ ਵਿਚਾਰਾਂ ਗੁਰੂ ਸਾਹਿਬਾਨਾਂ ਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ। ਹਾਲਾਂਕਿ ਮੇਰੇ ਕੋਲ ਸਮਾਂ ਥੋੜ੍ਹਾ ਸੀ, ਮੈਂ ਜਲਦੀ ਜਾਣਾ ਚਾਹੁੰਦਾ ਸੀ ਕਿਉਂਕਿ ਚੱਕ ਪੁਰਤ ਦੇ ਵਿੱਚ ਟੂਰਨਾਮੈਂਟ ਮੈਂ ਉੱਥੇ ਪਹੁੰਚਣਾ, ਅਤੇ ਉੱਥੇ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਲਦੀ ਆ ਜਿਓ। ਲੇਕਿਨ ਜਿੱਥੇ ਚੰਗੇ ਇਹੋ ਜਿਹੇ ਇਤਿਹਾਸਕਾਰ ਜਿਹੜਾ ਇਤਿਹਾਸ ਸੁਣਾਉਂਦੇ ਹੋਣ ਫਿਰ ਉਹ ਸੁਣਨ ਨੂੰ ਦਿਲ ਕਰਦਾ। ਔਰ ਇਹਨਾਂ ਨੇ ਬਹੁਤ ਵਧੀਆ ਕਿ ਬਿਨਾਂ ਜਾਤ ਪਾਤ